ਅੱਜ ਜਿਸ ਕੰਮ ਲਈ ਅਸੀਂ ਆਏ ਸੀਗੇ ਮੌੜ ਪਿੰਡ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹ ਘਰ ਦੇ ਵਿੱਚ ਕਾਫੀ ਕੰਮ ਹੋਣ ਵਾਲਾ ਹੈ ਅਸੀਂ ਆਪਣੇ ਵੱਲੋਂ ਚੰਡੀਗੜ੍ਹ ਵੱਲੋਂ ਜਿਹੜਾ ਸਾਡਾ ਫਰੈਂਡ ਸਰਕਲ ਹੈ ਉਹਨਾਂ ਵੱਲੋਂ ਇੱਕ ਕੰਟਰੀਬਿਊਸ਼ਨ ਕੀਤੀ ਹੈ ਜੋ ਅਸੀਂ ਅੱਜ ਇਹਨਾਂ ਨੂੰ ਦੇਵਾਂਗੇ ਤੇ ਪਰਮਾਤਮਾ ਦੇ ਕੰਮ ਦੇਖ ਲਓ ਅਸੀਂ ਜਦੋਂ ਇੱਥੇ ਅੱਜ ਪਹੁੰਚੇ ਸਾਨੂੰ ਲਹਿਰਾ ਗਾਗਾ ਤੋਂ ਸਾਡੇ ਵਾਂਗ ਹੀ ਚਾਰ ਪੰਜ ਦੋਸਤ ਇਕੱਠੇ ਕਰਕੇ ਪੈਸੇ ਦੇ ਕੇ ਜਾਂਦੇ ਹੈ ਜੋ ਕੰਮ ਅਸੀਂ ਕਰ ਰਹੇ ਹਾਂ ਉਹੀ ਕੰਮ ਇਹ ਕਰ ਰਹੇ ਨੇ ਇਹ ਸਾਨੂੰ ਇੱਥੇ ਮਿਲੇ ਕਾਮਨ ਕੌਜ਼ ਲਈ ਅਸੀਂ ਵੀ ਇਸੇ ਘਰ 'ਚ ਮਦਦ ਕਰਨ ਆਏ ਸੀਗੇ ਅਤੇ ਇਹ ਵੀ ਸਾਡੇ ਨਾਲ ਹੀ ਇੱਥੇ ਮਦਦ ਕਰਨ ਪਹੁੰਚੇ ਹੋਏ ਸੀ ਅਤੇ ਇਸ ਦੇਖ ਕੇ ਬਹੁਤ ਅੱਛਾ ਲੱਗਿਆ ਅਸੀਂ ਆ ਬੱਚਿਆਂ ਦੇ ਅਕਾਊਂਟ ਨੰਬਰ ਡਿਸਪਲੇ ਫੇਸਬੁੱਕ ਪੇਜ 'ਤੇ ਕਰਾਂਗੇ ਜਿਹਦੇ ਵਿੱਚ ਤੁਸੀਂ ਇਹਨਾਂ ਦੇ ਐੱਨ ਆਰ ਆਈ ਭਰਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਅਕਾਊਂਟ ਦੇ ਵਿੱਚ ਜੋ ਮਦਦ ਕਰਨੀ ਚਾਹੁੰਦੇ ਹਾਂ ਸਿੱਧੀ ਕਰੋ ਜਿਸ ਫੇਸਬੁੱਕ ਪੇਜ 'ਤੇ ਤੁਸੀਂ ਵੀਡੀਓਜ਼ ਦੇਖੀਆਂ ਆਰਟੀਕਲ ਪੜ੍ਹੇ ਨੇ ਉਹ ਆ ਬੱਚਾ ਆ ਛੋਟਾ ਬੱਚਾ ਹੈ ਇੱਕ ਇਹਨਾਂ ਦੀ ਸਿਸਟਰ ਹੈ ਉਹ ਆਪਣੇ ਨਾਨਕੇ ਗਈ ਹੋਈ ਹੈ ਇਹਨਾਂ ਦੀ ਮਦਦ ਕਰਨੀ ਹੈ ਅਤੇ ਲਓ ਜੋ ਪੈਸੇ ਆਪਾਂ ਕਲੈਕਟ ਕੀਤੇ ਹੈ ਉਹ ਇਹਨਾਂ ਨੂੰ ਦਿਓ ਜਿੰਨੀ ਲੋੜ ਹੈ ਓਨਾ ਹੀ ਯੂਜ਼ ਕਰੋ ਵੱਧ ਤੋਂ ਵੱਧ ਤੁਹਾਨੂੰ ਮਦਦ ਆਏਗੀ ਦੋਸਤੋ ਇਹੀ ਸਾਡੇ ਪੰਜਾਬ ਦਾ ਫਿਊਚਰ ਹੈ ਬੜੀ ਬ੍ਰਾਈਟ ਕੁੜੀਆਂ ਨੇ ਸਾਨੂੰ ਚਾਹੀਦਾ ਅਸੀਂ ਵੱਧ ਤੋਂ ਵੱਧ ਇਹੋ ਜਿਹੇ ਬੱਚਿਆਂ ਦੀ ਹੈਲਪ ਕਰੀਏ ਨਾ ਬੜੀ ਬ੍ਰਾਈਟ ਕੁੜੀਆਂ ਨੇ 80% ਦੇ ਅਰਾਊਂਡ ਇਹਦੇ ਪਲੱਸ ਵਨ 'ਚ ਨੇ ਨਾ ਅਤੇ ਮੈਂ ਅਪੀਲ ਕਰਦਾ ਹੋਰ ਵੱਧ ਕੇ ਅੱਗੇ ਆਓ ਸਾਡੇ ਫੇਸਬੁੱਕ 'ਤੇ ਪੇਜ ਨਾਲ ਜੁੜੋ ਅਸੀਂ ਇੱਕ ਪਲੇਟਫਾਰਮ ਕ੍ਰੀਏਟ ਕਰ ਰਹੇ ਹਾਂ ਅਤੇ ਕਮ ਫੋਰਵਰਡ ਔਰ ਕਲਿੱਪ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕ ਇਨਕਰੇਜ ਹੋ ਕੇ ਹੋਰ ਲੋਕ ਜੁੜ ਕੇ ਸਾਡੀ ਹੋਰ ਲੋਕਾਂ ਦੀ ਹੈਲਪ ਕਰ ਸਕੀਏ ਥੈਂਕ ਯੂ